ਫੈਕਟਸ ਅਬਾਊਟ ਸ੍ਰੀ ਹਰਮੰਦਰ ਸਾਹਿਬ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਕੁਝ ਅਜਿਹੇ ਤੱਥ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਅਣਜਾਣ ਹਨ ਸ੍ਰੀ ਹਰਮੰਦਰ ਸਾਹਿਬ ਦੇ ਨੀਂਦ ਦਾ ਪੱਥਰ ਮੁਸਲਿਮ ਸੂਫੀ ਫਕੀਰ ਸਾਈ ਮੀਆਂ ਮੀਰ ਨੇ ਰੱਖਿਆ ਸੀ ਸ੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰਿਆਂ ਦੇ ਲਈ ਖੁੱਲੇ ਹਨ ਜਿਨ੍ਹਾਂ ਨੂੰ ਇੱਕ ਰਸਤੇ ਤੇ ਤੁਰ ਕੇ ਅੰਦਰ ਜਾਣਾ ਹੁੰਦਾ ਹੈ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ 1 ਇੰਚ ਮੋਟੀ 3 ਇੰਚ ਚੋੜੀ ਅਤੇ 18 ਇੰਚ ਲੰਮੀ ਨਾਨਕਸ਼ਾਹੀ ਇੱਟ ਨਾਲ ਬਣਾਈ ਗਈ ਹੈ ਇਸ ਇੱਟ ਦੀ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਤੁਸੀਂ ਕੰਧ ਵਿੱਚੋਂ ਇੱਕ ਇੱਟ ਕੱਢ ਵੀ ਦਿਵੋ ਤਾਂ ਦੂਜੀਆਂ ਇੱਟਾਂ ਬਿਨਾਂ ਕਿਸੇ ਸਹਾਰੇ ਦੇ ਬਿਨਾਂ ਕਿਸੇ ਬਦਲਾ ਦੇ ਖੜੀਆਂ ਰਹਿ ਜਾਂਦੀਆਂ ਹਨ 66x66 ਫੁੱਟ ਵਰਗ ਦੇ ਸਰੋਵਰ ਦੇ ਆਨ ਵਿਚਕਾਰ 40x40 ਵਰਗ ਫੁੱਟ ਦੀ ਚੌਰਸ ਆਕਾਰ ਦੀ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਹੈ ਜਿਸ ਦੇ ਚਾਰੇ ਪਾਸੇ 13 ਫੁੱਟ ਜੋੜੀ ਪਰ ਕਰਮਾ ਹੈ ਅਕਾਲ ਤਖਤ ਸਾਹਿਬ ਤੋਂ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਪਰ ਦਰਬਾਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ ਦਰਸ਼ਨੀ ਡਿਉੜੀ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਦੇ ਰਸਤੇ ਦੀ ਦੂਰੀ 84 ਕਦਮ ਹੈ ਜਿਸ ਦੇ ਲਗਭਗ ਅੱਧ ਵਿਚਕਾਰ ਖੱਬੇ ਪਾਸੇ ਇੱਕ ਸੂਰਜ ਕੜੀ ਬਣੀ ਹੋਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਪਾਣੀ ਇੱਕ ਸੁਰੰਗ ਭਾਵ ਨਹਿਰ ਰਾਹੀਂ ਦਿੱਤਾ ਜਾਂਦਾ ਹੈ ਜਿਸ ਨੂੰ ਹੰਸਲੀ ਅਤੇ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਹੈ 1573 ਈਸਵੀ ਤੋਂ ਅੱਜ ਤੱਕ ਕਾਰ ਸੇਵਾ ਰਾਹੀਂ 11 ਵਾਰ ਪਵਿੱਤਰ ਅੰਮ੍ਰਿਤ ਸਰੋਵਰ ਦੀ ਸਫਾਈ ਕੀਤੀ ਜਾ ਚੁੱਕੀ ਹੈ। ਅਕਾਲ ਤਖਤ ਦੀ ਇਮਾਰਤ ਦੀ ਹੇਠਲੀ ਮੰਜ਼ਿਲ ਨੂੰ ਕੋਠਾ ਸਾਹਿਬ ਕਿਹਾ ਜਾਂਦਾ ਹੈ। ਇੱਥੇ ਹਰਮੰਦਰ ਸਾਹਿਬ ਦੀ ਉਸਾਰੀ ਸਮੇਂ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਹੁੰਦੇ ਸਨ। ਪੁਰਾਤਨ ਮਰਿਆਦਾ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਕਦੇ ਵੀ ਬੋਲੇ ਸੋ ਨਿਹਾਲ ਦਾ ਜਕਾਰਾ ਨਹੀਂ ਲਗਾਇਆ ਜਾਂਦਾ। ਲੋੜੀ ਤੋਂ ਹੋਲਾ ਮਹੱਲਾ ਤੱਕ ਹਰਮੰਦਰ ਸਾਹਿਬ ਦੇ ਅੰਦਰ ਬਸੰਤ ਰਾਗ ਨੂੰ ਪ੍ਰਮੁਖਤਾ ਨਾਲ ਗਾਉਣ ਦੀ ਇਤਿਹਾਸਕ ਮਰਿਆਦਾ ਹੈ ਦਰਬਾਰ ਸਾਹਿਬ ਦੇ ਅੰਦਰ 1930 ਵਿੱਚ ਬਿਜਲੀ ਆਈ ਸੀ ਉਸ ਤੋਂ ਪਹਿਲਾਂ ਰੋਸ਼ਨੀ ਲਈ ਘਿਓ ਦੇ ਦੀਵੇ ਵਰਤੇ ਜਾਂਦੇ ਸਨ ਪਹਿਲੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਸਰਕਾਰ ਵੱਲੋਂ ਦਰਬਾਰ ਸਾਹਿਬ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਉੱਤੇ ਅਖੰਡ ਪਾਠਾਂ ਦੀ ਨਿਰੰਤਰ ਲੜੀ ਅਤੇ ਜਿੱਤ ਦੀ ਅਰਦਾਸ ਹੁੰਦੀ ਸੀ ਗੁਰਪੁਰਵਾ ਅਤੇ ਖਾਸ ਦਿਹਾੜਿਆਂ ਮੌਕੇ ਦਰਬਾਰ ਸਹਿਬ ਵਿੱਚ 2 ਘੰਟੇ ਚਲੌਦਾ ਆਯੋਜਨ ਕੀਤਾ ਜਾਂਦਾ ਹੈ। ਸ੍ਰੀ ਹਰਮੰਦਰ ਸਾਹਿਬ ਦੀ ਪਹਿਲੀ ਮੰਜ਼ਲ ਉਤੇ ਸੰਪੂਰਨ ਜਗਜੀਤ ਸਾਹਿਬ, ਜਪੁ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠ ਉਕਰੇ ਹੋਏ ਹਨ। ਸ੍ਰੀ ਹਰਮੰਦਰ ਸਾਹਿਬ ਦੇ ਤੋਸ਼ਾਖਾਨਾ ਭਾਵ ਜਲੋ ਦੇ ਗਹਿਣਿਆਂ ਦੇ ਸਟੋਰ ਦੀਆਂ 4 ਚਾਬੀਆਂ ਹਨ ਜਿਨ੍ਹਾਂ ਨੂੰ ਇੱਕ ਖਾਸ ਕਰਮ ਵਿੱਚ ਲਗਾਉਣ ਨਾਲ ਹੀ ਤੋਸ਼ਾਖਾਨਾ ਦਾ ਤਾਲਾ ਖੁੱਲਦਾ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਇਹੋ ਜਿਹੇ ਹੋਰ ਫੈਕਟਸ ਜਾਣਨ ਦੇ ਲਈ ਉਸੇ ਤੇ دیکھتے ਰਹੋ ਸਾਡਾ ਚੈਨਲ ਸਿੱਖ ਫੈਕਟਸ